ਉਸਤਾਦ ਗਾਲਾ ਅੱਜ ਦਾ ਨੀ ਲੱਗਿਆ ਹੈਲੋ ਉਸਤਾਦ ਗਾਲਾ ਜੂ ਮੈਲ ਦਿੰਦਾ ਲੱਗਿਆ ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ। ਮੈਂ ਸੈਯਦ ਸਾਜਦ ਅਤੇ ਤੁਸੀਂ ਵੇਖ ਰਹੇ ਹੋ ਸੈਯਦ ਸਾਜਦ ਵਲੌਗ ਅਤੇ ਬੈਕਗਰਾਊਂਡ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਖਰਲਾਂ ਹੀ ਪਹੁੰਚ ਗਏ। ਇੱਕੋ ਕਬੂਤਰ ਇੱਕੇ ਹਫ਼ਤੇ ਦੇ ਵਿੱਚ ਤੀਸਰੀ ਕੇਰੀ ਬਾਜ਼ੀ ਅੱਜ ਉੱਡ ਰਿਹਾ, ਪਰਸੋਂ ਵੀ ਉਹ ਹੀ ਉੱਡਿਆ ਅਤੇ ਅੱਜ ਫਿਰ ਉਹ ਉੱਡ ਰਿਹਾ। ਅਤੇ ਮਜ਼ੇਦਾਰ ਦੀ ਗੱਲ ਹੈ ਵੀ ਪਹਿਲੇ ਦੋ ਬਾਜ਼ੀਆਂ ਉੱਡ ਚੁੱਕੀਆਂ ਅਤੇ ਦੋਵਾਂ ਬਾਜ਼ੀਆਂ ਦੇ ਵਿੱਚ 12 ਵਜੇ ਹਾਰਜਿਤ ਹੋ ਜਾਂਦੀ ਹੈ। ਅਸੀਂ ਮੁੱਠ ਉੱਤੇ ਵੀਡੀਓ ਬਣਾ ਤਾਂ ਲੈ ਤੇ ਜਾਂਦੇ, ਮੁੱਠੀ ਲਵਾ ਤੇ ਜਾਂਦੇ ਹਾਂ ਅਤੇ ਜਦੋਂ 11 ਵਜੇ ਫੋਨ ਕਰਨੇ ਦੁਬਾਰਾ ਆਉਣ ਵਾਸਤੇ ਵੀ ਐਂਡ ਚੈੱਕ ਕਰਵਾਉਣੇ, ਦੋਸਤਾਂ ਨੂੰ ਐਂਡ ਵਿਖਾਉਣੇ ਅਤੇ ਹੱਸ ਖੇਡ ਤੇ ਬੈਠੇ ਹੁੰਦੇ ਨੇ। ਯਾਰ ਵੇਖ ਹੁਣ ਵੀ ਹੱਸਦਾ ਆਉਂਦਾ, ਨਾਲੇ ਮੰਜੀ ਚੱਕੇ ਲਿਆਉਂਦਾ, ਪਤਾ ਨਹੀਂ ਇਹ ਕੀ ਹੈ ਕਿ ਕਿਸਮਤ ਆ ਇਹਨਾਂ ਦੀ, ਉਹ ਰੋਜ਼ ਤੇ ਜਾ ਰਹੀ ਹੈ, ਕਿਸਮਤ ਰੋਜ਼ ਤੇ ਜਾ ਰਹੀ, ਨਾਲੇ ਇਹ ਵੀ 10-20 ਅਸੀਂ ਦੋਨੋਂ 3 ਵਾਰ ਤੀਸਰੀ ਬਾਜੀ ਐਂਡ ਹੀ ਨਹੀਂ ਵਿਖਾ ਸਕੇ। ਤੀਸਰੀ ਬਾਜੀ ਆਹ ਵਾਕਿਆ ਹੁਣ ਜਿਹੜੀ ਆ ਕੱਲ੍ਹ ਵਾਲੀ ਵੀਡੀਓ ਉਹਦੇ ਵਿੱਚ ਵੀ ਐਂਡ ਕੋਈ ਨਹੀਂ, ਮੋਸਟਲੀ ਵੀਡੀਓ ਤਾਂ ਬਾਕੀ ਵੀਡੀਓ ਜਿਹੜੀ ਮੈਨੂੰ ਐਵੇਂ ਨਾਲ ਪੋਸਟ ਕਰਨੀ ਪਈ ਹੈ ਬਈ ਹਾਰ ਜੇ ਤਾਂ ਉਹਨਾਂ ਦੇ ਟਾਈਮ ਨਾਲ ਹੋ ਗਏ। ਅੱਛਾ ਇਸ ਦਫ਼ਾ ਵੈਸੇ ਤੁਹਾਡਾ ਜਿਹੜੀ ਕਿਸਮਤ ਹੈ ਨਾ ਅਰੂਜ ਤੇ ਜਾ ਰਹੀ ਹੈ, ਇਹ ਗੱਲ ਤਾਂ ਤੇਰੀ ਸਹੀ ਹੈ। ਤੇ ਇਸ ਸਾਈਡ ਤੇ ਗ੍ਰੀਨਰੀ ਬੜੀ ਜ਼ਬਰਦਸਤ ਤੇ ਦਰਖਤ ਵੀ ਬੜੇ ਖੂਬਸੂਰਤ ਲੱਗ ਰਹੇ ਨੇ। ਸਾਡਾ ਯਾਰ ਅਸੀਂ ਦੁੱਧ ਨੂੰ ਵੀ ਜਾਣੇ ਨਾਲ ਇਹ ਵੀ ਦੱਸਣਾ ਵਿੱਚ ਵੀ ਅਸੀਂ ਦੁੱਧ ਦਾ ਕੰਮ ਕਰਨੇ, ਦੁੱਧ ਵੀ ਦੇਣਾ, ਸੱਜਣਾ ਨੂੰ ਸ਼ੌਕ ਵੀ ਕਰਾਣੇ ਆ। ਹਾਂ ਇਸ ਸ਼ੌਕ ਪਿੱਛੇ ਅਸੀਂ ਸਾਰਾ ਕੰਮ ਕਰਨੇ ਆ। ਹੋਰ ਸੁਬਹ 5 ਵਜੇ ਤੋਂ ਉੱਠੇ ਹੋਏ ਆ, ਇਵੇਂ ਤਾਂ ਕਬੂਤਰ ਬਾਜ਼ ਆਪ ਨਹੀਂ ਉੱਠਦੇ ਜਿਵੇਂ ਵੀਡੀਓ ਬਣਾਉਣ ਵਾਲੇ ਸੁਬਹ ਸੁਬਹ ਉੱਠ ਪੈਂਦੇ ਨੇ। ਪਰ ਯਾਰ ਮਜ਼ਾ ਨਹੀਂ ਆ ਰਿਹਾ। ਨਹੀਂ ਅੱਜ ਮਜ਼ਾ ਆਵੇਗਾ ਐਂਡ ਤੇ ਪਹੁੰਚਣਾ ਆਪਾਂ 10 ਵਜੇ, ਮੈਂ ਦੁੱਧ ਪਾ ਕੇ ਵੇਲ ਆ ਜਾਣਾ। ਚਲੋ ਪਤਾ ਲੱਗ ਜਾਂਦਾ ਹੈ। ਇੱਕ 7 ਵਜੇ ਇੱਥੇ ਮੋਟਰ ਲਾ ਦਿੰਦੇ ਨੇ ਅਤੇ ਇੰਤਜ਼ਾਰ ਨਹੀਂ ਕਰਦੇ 1 ਮਿੰਟ ਦਾ। ਉਸਤਾਦ ਜੀ ਕੀ ਟੈਨਸ਼ਨ ਹੈ ਬਾਈ, ਇਹ ਕੀ ਆ ਰਹੀ ਇੱਥੇ, ਇਵੇਂ ਤਾਂ 12 ਦੀ ਨਹੀਂ ਹੁੰਦੀ। ਇਹ ਬਾਬਾ ਜੀ ਉਸਤਾਦ ਜੀ ਉਹਨਾਂ ਦਾ 17 ਜਾਗ ਪਿਆ, ਹਕੀਕਤ ਗੱਲ ਹੈ। ਮੌਸਮ ਖਰਾਬ, ਕਿਉਂਕਿ ਵਾਲ ਨਹੀਂ ਰਹਿ ਗਏ ਅੱਗੋਂ, ਅੱਗੇ ਜਦੋਂ ਵਾਲ ਆ ਜਾਂਦੇ ਸੁਣੋ ਸਤਾਰੇ ਦੇ ਅੱਗੇ ਗਰਦਿਸ਼ ਆ ਜਾਂਦੀ ਸੀ, ਉਹ ਗਰਦਿਸ਼ ਹਟ ਗਈ, ਨਾਲੇ ਮੈਂ ਵੀ ਹੱਥ ਦੀਆਂ ਲਕੀਰਾਂ ਵੇਖੀਆਂ ਨੇ, ਮਹਾਂ ਹੁਣ ਤੇਰੇ ਦਿਨ ਚੇਂਜ ਹੋ ਗਏ, ਹੁਣ ਸਾਫ਼ ਹੋ ਗਏ। ਕਮਾਲ ਹੈ ਬਈ, ਯਾਰ ਐਂ ਵੀ ਨਹੀਂ ਹੁੰਦਾ ਵੀ ਹੁਣ ਇੱਕ ਚਲੋ ਬਾਜੀ ਹੋ ਗਈ ਰੋਲਾ ਰੋਲਾ ਹੋ ਜਾਂਦਾ। ਯਾਰ ਕਬੂਤਰ ਕਿਹਦੇ ਕੋਲ ਆਇਆ, ਮੇਰੇ ਕੋਲ ਕਬੂਤਰ ਆ, ਮੇਰਾ ਕਬੂਤਰ ਹੁੰਦਾ, ਤੂੰ ਮੈਨੂੰ ਇਹ ਦੱਸ, ਮੇਰਾ ਟੀ ਦਾ ਕਬੂਤਰ, ਮੇਰਾ ਬਾ ਕਬੂਤਰ ਬਾਜੀ ਨਾ ਹੀ ਕੋਈ ਸੀ, ਕਿੰਨੀਆਂ ਬਾਜੀਆਂ ਮਾਰੀਆਂ ਉਹਨੇ ਵਿਖਾਇਆ ਯੂਟਿਊਬ। ਚਲੋ ਜੀ ਠੀਕ ਹੈ, ਬਾਕੀ ਮੋਟਰ ਲੱਗਦੇ ਬਣਾਉਣੇ ਆਦੀ ਫਿਲਮ ਗੇਟ ਤੇ ਬਹਿ ਜਾਂਦਾ, ਸਾਡੇ ਟੀਰਾ ਸਾਡੇ ਉੱਤੇ ਬਹਿ ਗਿਆ, ਮੇਰੇ ਕਬੂਤਰ ਹੀ ਚੰਗੇ ਨੇ। ਠੀਕ ਹੈ, ਇੱਕ ਪਾਰਟੀ ਆ ਰਹੀ ਹੌਲੀ ਹੌਲੀ, ਨਹੀਂ ਨਹੀਂ ਅਸੀਂ ਕਿਸੇ ਪਾਰਟੀ ਦੇ ਨੇ ਬਈ, ਸਾਨੂੰ ਤਾਂ ਵੱਡੇ ਆਖਣਾ ਵੀ ਤੂੰ ਸਾਡੇ ਕੋਲੇ ਹੱਥ ਪਾਉਣਾ ਸੀ ਤੇ ਆ ਜਾਸ, ਅਸੀਂ ਐ ਬਈ ਵੀਡੀਓ ਬਣਾਉਣਾ, ਅਸੀਂ ਪਾਰਟੀਆਂ ਨਹੀਂ ਹੈ। ਪਤਾ ਕੀ ਹੈ, ਮੈਂ ਤਾਂ ਫਿਰ ਅੱਲਾ ਖੈਰ ਕਰੇ, ਕੀ ਆਖਿਆ, ਹਾਂ ਮੇਰੀ ਤਾਂ ਤਸਵੀਰ ਆਉਣੀ ਨਹੀਂ। ਕੀ ਹਾਲ ਹੈ, ਦੁੱਧ ਲੈ ਲੈ ਵੀ ਜੇ ਮੈਂ ਮਦਰਸੇ ਆਇਆ ਤਾਂ ਸੱਚ ਲੈ, ਮੈਂ ਤਾਂ ਆ ਜੀ ਸਦੋਂ ਨੂੰ ਜਲਦੀ ਆਵੇ ਅਬਾਸ, ਉਹ ਤੂੰ ਕੀ ਕਰਾਈ ਫਿਰਨਾ ਹੈ, ਆ ਬਾਈਆਂ ਵਿੱਚ ਔਰ ਵੇਖੀ ਆ ਬਾਈਆਂ ਵਿੱਚ ਕੀ ਆ ਕੀ ਮੁਲ ਕਰਾਈ ਫਿਰਦਾ, ਕੱਲ ਪਰਸੂ ਹੋਰ ਤੇ ਜਾ ਜੋਰ ਹੋ ਨਾ ਹੀ ਬੈਣੀ ਆ, ਕੀ ਕਰਾਂ ਲਿਆਂਦਾ ਉਹ ਜਿਹੜਾ ਖੜਾ ਲੈ ਆਏ, ਕਿਸੇ ਦਾ ਹੀ ਨਹੀਂ ਉਡਾਉਂਦਾ ਬਸਤੀ 'ਚ, ਲੈ ਕਮਾਲ ਕਰਨਾ ਐਵੇਂ ਉਡਾਵੇਗਾ ਜੋ ਤੇ ਸਾਡੇ ਕਬੂਤਰ ਦੀ ਵੀਡੀਓ ਬਣੀ, ਟਾਈਮ ਨਾਲ ਜਾ ਗਿਆ ਕਰਾਂਗੇ।
ਹਾਂਜੀ ਨਿੱਕੀ ਮੁਸ਼ਤੀ ਬੜਾ ਹੈ 40 ਠੋਕ ਤੋਂ ਕੁਛ ਨਹੀਂ 35 ਆ ਗਿਆ ਥੈਂਕ ਯੂ ਆ ਜਾ ਅੱਜ ਬਾਤ ਨਹੀਂ ਭਈ ਆ ਜਾ 40 ਘਰ ਤੋਂ ਕੁਛ ਵੀ ਨਹੀਂ 40 ਘਰ ਦੇ ਲੈ ਜਰ ਵੀ ਪਾਉਣੀ ਯਾਰ ਦੀ ਹੈ ਇਹ ਫੜੋ ਪੰਜ ਮੈਂ ਦੇ ਤੇ ਲੈਣ ਕਰੋ ਨਹੀਂ ਮੁਰਦਾ ਦੇ ਦੇ ਬਸ ਮੁਰ 45 ਹੋ ਗਿਆ ਪਰ ਠੀਕ ਹੈ 40 ਹੋ ਗਿਆ ਨਾ ਠੀਕ ਹੈ ਬਸ ਛੱਡ ਇਹਨੂੰ ਬੈਠ ਰਹਾ ਹਾਂ ਮਿੰਟ ਕੁ ਬੈਠਾ ਰਹਾ ਹਾਂ ਮਿੰਟ ਕੁ ਬੈਠਾ ਰਹਾ ਹਾਂ ਦੇਖੋ ਪਾਣੀ ਡੋਲੀ ਨਾ ਓਏ ਪਾਣੀ ਡੋਲੀ ਨਾ ਅਰੇ ਰੇੜੇ ਪੁੱਤਰ ਮੇਰੇ ਨਾਲ ਹੈ ਤੇ ਜਾਗ ਰਿਹਾ ਕੋਈ ਸਾਥ ਮਾਨੀ ਆਂਦਾ ਇੱਧਰ ਵੀਡੀਓ ਬਣਾ ਯਾਰ ਆ ਇੱਧਰ ਵੀਡੀਓ ਬਾਹਰ ਦੇ ਨਾ ਦਾ ਪਤਾ ਹੀ ਨਾ ਤੁਹਾਨੂੰ ਪਾਣੀ ਦਾ ਪਾਣੀ ਅੰਜ ਤਾਂ ਕਰਦੇ ਆਂ ਦਾ ਹਰ ਹਰ ਬਿੰਨੇ ਦੇ ਪਾਣੀ ਦੇ ਨਾ ਹੁੰਦਾ ਤੇ ਆ ਦੋ ਤੇ ਡਰਮੀਆਂ ਲੱਗਦੀਆਂ ਨੇ ਵੇਖ ਲੈ ਦਿਲ ਕਰ ਲਾ ਕੀ ਲਾਣਾ ਇਸਲਾ ਸਾਈਡ ਲਾ ਆ ਦੋ ਤੇ ਡਰਮੀਆਂ ਹੋਰ ਬਾ ਲੱਗ ਗਈ ਉਹ ਹਾਰ ਜਾ ਸਮਝ ਲੈ ਬਾ ਜਿੱਧਰ ਲਾ ਲਾਈ ਕੀ ਲੱਗੀ ਉੱਲੀ ਤੋਂ ਦੀ ਸਾੜੀ ਪਰ ਲੈ ਨਹੀਂ ਪਾਣੀ ਰੱਖ ਅਗਰ ਲਿਆਓ ਵਿੱਚ ਕੈਮਰਾ ਇਹਨੇ ਕਰੋ ਜੀ ਲੀਟਰ ਲੈ ਲੈ ਮੋਟ ਲੱਗ ਗਈ ਹੁਣ ਮੋਟ ਲੱਗ ਗਈ ਸਹੀ ਸਾਜਦ ਵਲੌਗਸ ਮੋਟ ਲੱਗ ਗਈ ਜੀ ਹੁਣ ਚੱਲਨੇ ਆਪਾਂ ਦੁੱਧ ਸ਼ੁੱਧ ਪਾਣੇ ਤੇ ਆਖਦੇ 11-12 ਵਜੇ ਆਣੇ 11-12 ਵਜੇ ਅੱਗੇ ਵੀ ਆਖਦੇ ਪਰ ਨਹੀਂ ਪਹੁੰਚ ਸਕਦੇ ਕਬੂਤਰ ਪਹਿਲੀ ਹਾਜ਼ਰੀ ਕਰਾ ਦਿੰਦੇ ਨੇ ਪਤਾ ਨਹੀਂ ਕੋਈ ਵਜ੍ਹਾ ਬਣੀ ਖੜੀ ਤੁਸੀਂ ਤਸ਼ਵੀਤਾਂ ਦੀ ਅੱਛਾ ਤੇ ਇਸ ਦਫਾ ਨਾ ਇਨਸ਼ਾਅੱਲਾ ਆਪਾਂ ਨਾ ਠੀਕ ਰਾਈਟ ਟਾਈਮ ਤੇ 10 ਵਜੇ ਪਹੁੰਚਣਾ ਹਾਂ ਤੁਸੀਂ ਕੀ ਪੁੱਛਦੇ ਪੈਣੇ ਸਾਜਦ ਬਲੋਚ ਬਲੋਗ ਉੱਤੇ ਕੋਟੀ ਦੇ ਸਾਰਾ ਇੱਕ ਵੇਟ ਆਈ ਦੇ ਕਿਹੜੇ ਕਿੰਨੇ ਵਜੇ ਹਾਰਜਤ ਹੋ ਜਾਂਦੇ ਨਿਕਾ ਇੱਥੇ ਤਕਰੀਬਨ 12-1 ਵਜੇ ਐਂ ਕਿਵੇਂ ਯਾਰ ਕਬੂਤਰ ਇੱਥੇ ਮੱਠ ਮੱਠ ਸ਼ਿਕਾਰੀ ਮੱਠੇ ਦੇ ਤਕਰੀਬਨ 9 ਵਜੇ ਤੱਕ ਨਹੀਂ ਦਿਖਦਾ ਕਬੂਤਰ ਕਿੱਥੋਂ ਨਜ਼ਰ ਆਉਣੇ ਜੇ ਕਬੂਤਰ ਬਾਹਰ ਨਜ਼ਰ ਨਹੀਂ ਆਉਂਦੇ ਤਾਂ ਇਸਲਾਮ ਆਇਆ ਬੈਠਾ ਕੀ ਹਾਲ ਹੈ ਪਾਣੀ ਨਹੀਂ ਪੀਂਦੇ ਅਸੀਂ ਪਾਣੀ ਹੁਣ ਤਾਂ ਪੀਤਾ ਕਬੂਤਰ ਮੰਮੀ ਲੈ ਆਇਆ ਲੋ ਬਾਸ ਬਾਸ ਚੜਨਾ ਮੁੱਠੀ ਆਪ ਲਾ ਦੇ ਸਿੱਧਾ ਅਰੇ ਤੌਣ ਗੱਲ ਕੋਣੀ ਕੋ ਛੱਡ ਦੀ ਲੋ ਲੱਗਿਆ ਲੋ ਉਹਨਾਂ ਕੋ ਪੂਰਾ ਨਾਲ ਦਾ ਜਾਣਾ ਪਾਣੀ ਨਾਲ ਖਾਕੇ ਆਇਆ ਜੋਪੀ ਲੋ ਤਕਰੀਬਨ 11 ਵਜ ਗਿਆ ਤੇ ਇਹ ਕਬੂਤਰ ਫਿਰ ਲੈ ਲੈ ਬੰਦੇ ਸਾਰੇ ਬਾਹਰ ਆਏ ਇੱਕ ਕਬੂਤਰ ਕੁੱਟ ਖਾ ਤੇ ਗਿਆ
ਹੁਣ ਬਰਾਬਰ ਨੇ ਤਕਰੀਬਨ ਅੱਜ ਬਾਜੀ ਦੀ ਚਾਸਾ ਹੀ ਹੇਠਾਂ ਦੇ ਵੇਖਦੇ ਪੈ ਨੀ ਸਕੇ ਦੋ ਬਾਜੀ ਆਪਾਂ ਬਸ ਮੋਠੇ ਲਵਾਈਏ ਸਕੂਨ ਨਾਲ ਬੈਠੇ ਨੇ ਤੇ ਮੋਠ ਲਵਾ ਤੇ ਜਾਂ ਤੇ ਐਸੇ ਫੋਨ ਕਰਦੇ ਸੱਜਿਆ ਦੇ ਹਰਜਿਤ ਕਰ ਅੱਜ ਆਏ ਬੈਠੇ ਸਕੂਨ ਨਾਲ ਬੈਠੇ ਮੰਜੀ ਡਾ ਦੇ ਵੇਖਾਂਗੇ ਅੱਜ ਹਰਜਿਤ ਤੇ ਵਿਖਾਵਾਂਗੇ ਵੀ ਨਾਲੇ ਬੇਲੀਆਂ ਨੂੰ ਵਾਹਵਾ ਦੇ ਹੋ ਗਏ ਪਰੇਸ਼ਾਨ ਬੇਲੀ ਜਾਂਦੇ ਪੈ ਵੀ ਯਾਰ ਐਂਡ ਨਹੀਂ ਆ ਰਹੀ ਅੱਜ ਐਂਡ ਵੀ ਵਿਖਾਣੀ ਆ ਆਪਾਂ ਲਾਜ਼ਮੀ ਜਿਵੇਂ ਫੜਕ ਫੜਕ ਤੇ ਕਰਦਾ ਹੈ ਨਾ ਇਹ ਤਾਂ ਜਲਦੀ ਖਤਮ ਹੁੰਦਾ ਪਿਆ ਕਬੂਤਰ ਪੈਰਾਂ ਚ ਹੈਗੇ ਨੇ ਬਾਈ ਤੇ ਬੰਦੇ ਛੱਤਾਂ ਤੇ ਨੇ ਵੀਡੀਓ ਵੀ ਬਣ ਰਹੀ ਹੈ ਤੂੰ ਕਿਹੜੀ ਪਾਲਟੀ ਨਾਲੇ ਮੇਰਾ ਰਾਊਫ ਕਬੂਤਰ ਪੈਰਾਂ ਚ ਨੇ ਬਾਈ ਕੁਛ ਵੀ ਹੋ ਸਕਦਾ ਬੜਾ ਵੱਧ ਆਉਂਦਾ ਕੁਦਰ ਜਿਹਾ ਪਿੱਛਾ ਕਰਦਾ ਆਵੇ ਫਰਕ ਪਿਆ ਕਿ ਨੀ ਅੱਗੇ ਬਈ ਨੂੰ ਫੜਨ ਨੀ ਦਿੰਦਾ ਅੱਗੇ ਤਾਂ 20 ਫੁੱਟ ਉੱਚਾ ਲੈ ਜਾਂਦੇ ਨਾ ਕੁਦਰ ਨਹੀਂ ਪੈਰ ਕੱਢ ਗਿਆ ਗੇਮ ਆ ਗਈ ਮਿੰਟਾਂ ਸਕਿੰਟਾਂ ਤੇ ਉਹਨਾਂ ਦੀ ਹਰਜਿਤ ਵੀ ਪਤਾ ਕੀ ਹੋਣਾ ਜਿਵੇਂ ਅਕਸਰ ਸ਼ਿਕਾਰੀ ਆਖ ਦਿੰਦੇ ਇੱਥੇ ਉਹਨਾਂ ਵਾਲਾ ਬੈਗ ਤੇ ਅਗਲੇ ਤੇ ਮੇਰਾ ਬੈਗ ਇਹਨਾਂ ਦੀ ਹਰਜਿਤ ਵੀ ਇਸ ਤਰੀਕੇ ਕਬੂਤਰ ਦੋਵੇਂ ਬਰਾਬਰ ਜਾ ਰਹੇ ਬਿਲਕੁਲ ਮਗਰ ਚੱਲ ਮਗਰ ਚੱਲ ਆ ਮਗਰ ਜਾ ਖੋਚਾ ਮਗਰ ਜਾ ਅੱਪੜ ਸੀ ਉਹਨੂੰ ਠੀਕ ਹੋ ਗਿਆ ਕਿਹੜਾ ਜੀ ਨਾ ਕੱਢਿਆ
ਆ ਇੱਥੇ ਆ ਹੁਣ ਪੁੱਤਨ ਕਿਹੜਾ ਮਾਰਿਆ ਨਾ ਇਹ ਘਾਟੇ ਵਾਲਾ ਥੋੜੇ ਫਿਰ ਉੱਚੇ ਹੋ ਗਿਆ ਦੋਵੇਂ ਕਬੂਤਰ ਇੱਕੋ ਜਗ੍ਹਾ ਤੇ ਬਰਾਬਰ ਕੀ ਬਣਿਆ ਖਾ ਦੂਰ ਹੈ ਸਾਡੇ ਤੋਂ ਯਾਰ ਉਹ ਦੋਨੋਂ ਨਿਕਲ ਗਏ ਥੱਲੇ ਕਿਹੜੇ ਦੂਜਾ ਨਾ ਮਰ ਜਾਂਦਾ ਨਾ ਹੁਣ ਪਰ ਨਹਿਰ ਜਾਵਣ ਦੇ ਚਾਂਸ ਹੈਗੇ ਇਸ ਵੀਡੀਓ ਨੂੰ ਹਰ ਸੂਰਤ ਦੇ ਵਿੱਚ ਐਂਡ ਵੇਖਣੀ ਇਸ ਵੀਡੀਓ ਦੀ ਮੇਰੇ ਸੱਜਣੋ ਹਰ ਸੂਰਤ ਦੇ ਵਿੱਚ ਐਂਡ ਵੇਖਣੀ ਲੰਬੇ ਨਿਕਲ ਗਏ ਹੁਣ ਕੈਮਰੇ 'ਚ ਨਹੀਂ ਆ ਰਹੇ ਦੋਵੇਂ ਕਬੂਤਰ ਨਹਿਰ 'ਤੇ ਗਏ ਥੱਲੇ ਚਲੀਏ ਮਗਰ ਚਲੀ ਬਾਈ ਦੋਵੇਂ ਕਬੂਤਰ ਨਹਿਰ 'ਤੇ ਗਏ ਪੈਰਾਂ 'ਚ ਬਿਲਕੁਲ ਪੈਰਾਂ 'ਚ ਅਤੇ ਅਸੀਂ ਨਜ਼ਰ ਜਾ ਰਹੇ ਹਾਂ ਦੋਵਾਂ ਘਰਾਂ ਛੁੱਟੀਆਂ ਖਾ ਲਈਆਂ ਕਿੰਨਾ ਵਾਪਸ ਆਉਂਦਾ ਪਤਾ ਨਹੀਂ ਉਹ ਕੀ ਬਣੇ ਦੋ ਗੇੜੇ ਮਾਰੇ ਨੇ ਉਹ ਨਹੀਂ ਰੋਲੇ ਚ ਰੋਲੇ ਚ ਵਾਹ ਬਈ ਵਾਹ ਐਵੇਂ ਰੋਲੇ ਚ ਨਹੀਂ ਰੋਲੇ ਇਹਨਾਂ ਕੀ ਨੋ ਉੱਥੇ ਯਾਰ ਬੱਚਾ ਉੱਥੇ ਨਹੀਂ ਬੈਠਾ ਪਰ ਡਰ ਗਿਆ ਹੈ ਪਰ ਬੜਾ ਬੈਠਾ ਸ਼ਰੀਰ ਪਰ ਨੀਂ ਹਾਂ ਪਰ ਮੜ ਗਿਆ ਉਹ ਉੱਥੋਂ ਹੀ ਕਬੂਤਰ ਨਿਕਲਿਆ ਸ਼ਰੀਰ ਦੇ ਪਿੱਛੋਂ ਦੀ ਬੜੋ ਨਿਕਲਿਆ ਉਹ ਗੇੜਾ ਗੁੜੇ ਮਾਰ ਦਿਓ ਪਹਿਲੇ ਕੱਚੇ ਪਹਿਲੇ ਕੱਚੇ ਬੈਠੋ ਬੈਠਾ ਵੀ ਛੱਤ ਤੇ ਪਰ ਯਾਰ ਜੇ ਗਾੜੀ ਦੇ ਮਾਉਣਾ ਤੇ ਗੇੜਾ ਦੋ ਮਾਰ ਤੇ ਬੈਠਾ ਬਾਅਦ ਚ ਨਾ ਇਹਦਾ ਕਬੂਤਰ ਬਾਅਦ ਚ ਬੈਠਾ ਨਮਾਜ਼ ਬਹਿ ਕੇ ਥੱਲੇ ਆਏ ਯਾਰ ਬੈਠਾ ਨਹੀਂ ਗਿਆ
ਬੜੀ ਚਾਸ ਆਈ ਅੱਜ ਮਿਹਨਤ ਪੂਰੀ ਇਤਨਾ ਸਫ਼ਰ ਕਰਕੇ ਵੀਡੀਓ ਨਹੀਂ ਮਜ਼ਾ ਵੀ